ਲੋ ਬੁੱਕ ਦੇਖੋ ਨੈਕਸਟ ਟੌਪਿਕ ਜਿਹੜਾ ਹੈ ਉਹ ਆਪਣਾ ਉਹ ਹੈ ਸਬਸਿਡਰੀ ਬੁੱਕਸ ਦਾ। ਆਪਾਂ ਹੁਣ ਤੱਕ ਜਿਹੜਾ ਪ੍ਰੋਸੈਸ ਕੀਤਾ ਹੈ ਉਹ ਇੱਕ ਲੌਂਗ ਪ੍ਰੋਸੈਸ ਹੈ, ਬਹੁਤ ਜ਼ਿਆਦਾ ਟਾਈਮ ਕੰਜ਼ਿਊਮ ਹੁੰਦਾ ਆਪਣਾ ਉਸ ਦੇ ਵਿੱਚ। ਜਿਵੇਂ ਸਭ ਤੋਂ ਪਹਿਲਾਂ ਆਪਾਂ ਕਿਹਾ ਕਿ ਆਪਾਂ ਜਰਨਲ ਐਂਟਰੀਜ਼ ਪਾਸ ਆਊਟ ਕਰਾਂਗੇ ਔਰ ਫਿਰ ਉਸ ਤੋਂ ਬਾਅਦ ਉਹਨਾਂ ਦੀ ਆਪਾਂ ਲੈਜਰ ਪੋਸਟਿੰਗ ਕਰਾਂਗੇ, ਫਿਰ ਹਰੇਕ ਲੈਜਰ ਦੇ ਬੈਲੈਂਸ ਕੱਢਾਂਗੇ ਜਿਹਨੂੰ ਆਪਾਂ ਬੈਲੈਂਸਿੰਗ ਕਹਿ ਦਿੰਦੇ ਹਾਂ, ਫਿਰ ਆਪਾਂ ਉਹਨਾਂ ਬੈਲੈਂਸਿਸ ਨੂੰ ਯੂਜ਼ ਕਰਦੇ ਹੋਏ ਟ੍ਰਾਇਲ ਬੈਲੈਂਸ ਬਣਾਇਆ ਤਾਂ ਕਿ ਆਪਾਂ ਚੈੱਕ ਕਰ ਸਕੀਏ ਕਿ ਸਾਡੀ ਅਰਥਮੈਟਿਕਲ ਕਿਸੇ ਪ੍ਰਕਾਰ ਦੀ ਕੋਈ ਐਰਰ ਤਾਂ ਨਹੀਂ ਹੈਗੀ ਹੈ ਇੱਥੇ। ਤਾਂ ਇਹ ਪ੍ਰੋਸੈਸ ਕਾਫੀ ਲੈਂਥੀ ਸੀਗਾ, ਜਿਵੇਂ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਐਂਟਰੀਆਂ ਸੀ, ਫਿਰ ਇਕੱਲੇ ਇਕੱਲੇ ਆਪਾਂ ਨੂੰ ਲੈਜ਼ਰ ਬਣਾਉਣੇ ਪੈਂਦੇ ਸੀਗੇ। ਤਾਂ ਇਸ ਪ੍ਰੋਸੈਸ ਨੂੰ ਸ਼ਾਰਟ ਕਰਨ ਦੇ ਵਾਸਤੇ, ਯਾਨੀ ਕਿ ਸ਼ਾਰਟ ਪ੍ਰੋਸੈਸ ਆਪਣਾ ਜਿਹੜਾ ਹੈ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ, ਜਰਨਲ ਐਂਟਰੀ ਦੀ ਥਾਂ 'ਤੇ ਸਬਸਿਡਰੀ ਬੁੱਕਸ ਬਣਾਤੀਆਂ। ਸਬਸਿਡਰੀ ਬੁੱਕਸ ਦੇ ਨਾਲ ਉਹਨਾਂ ਨੇ ਕੀਤੀ ਜਰਨਲ ਪ੍ਰੋਪਰ, ਫਿਰ ਬੇਟਾ ਲੈਜ਼ਰ ਪੋਸਟਿੰਗ, ਫਿਰ ਉਹਨਾਂ ਦੀ ਬੈਲੈਂਸਿੰਗ ਔਰ ਫਿਰ ਬਣਾਇਆ ਟ੍ਰਾਇਲ ਬੈਲੈਂਸ। ਦੇਖਣ ਨੂੰ ਆਪਾਂ ਲੱਗਦਾ ਕਿ ਇਹ ਕੰਮ ਆਪਣਾ ਜਿਹੜਾ ਸੀ ਉਹ ਚਾਰ ਸਟੈਪ 'ਚ ਨਿਬੜਦਾ ਸੀ, ਇੱਥੇ ਆਪਣੇ ਕੋਲ ਪੰਜ ਸਟੈਪ ਨੇ ਤਾਂ ਲੌਂਗ ਪ੍ਰੋਸੈਸ ਇਹ ਹੈ। ਬਟ ਐਕਚੁਅਲ ਦੇ ਵਿੱਚ ਜਦੋਂ ਆਪਾਂ ਕਰਾਂਗੇ ਤਾਂ ਆਪਾਂ ਨੂੰ ਵਾਕਈ ਲੱਗੇਗਾ ਕਿ ਇਹ ਵਾਹਵਾ ਸ਼ਾਰਟ ਪ੍ਰੋਸੈਸ ਹੈ। ਕਾਰਨ ਕੀ ਸੀਗਾ, ਇਹ ਜੋ ਸਬਸਿਡਰੀ ਬੁੱਕਸ ਉਹਨਾਂ ਨੇ ਤਿਆਰ ਕਰਨੀਆਂ ਸੀਗੀਆਂ ਉਹ ਕੀ ਦੇਖਦੇ ਹੋਏ ਉਹਨਾਂ ਨੇ ਤਿਆਰ ਕੀਤੀ ਕਿ ਜਿਸ ਚੀਜ਼ ਦੀ ਟ੍ਰਾਂਜੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਚੀਜ਼ ਦੀ ਟ੍ਰਾਂਜੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਯਾਨੀ ਮੈਕਸੀਮਮ ਨੰਬਰ ਆਫ ਟ੍ਰਾਂਜੈਕਸ਼ਨ ਆਪਾਂ ਦੇਖਿਆ ਕਿ ਬਿਜ਼ਨਸ ਦੇ ਵਿੱਚ ਇੱਕ ਤਾਂ ਕੈਸ਼ ਦੀਆਂ ਟ੍ਰਾਂਜੈਕਸ਼ਨਸ ਬਹੁਤ ਹੁੰਦੀਆਂ ਨੇ, ਕੈਸ਼ ਦਾ ਲੈਣਾ ਦੇਣਾ ਬਹੁਤ ਹੁੰਦਾ ਹੈ, ਬੈਂਕ ਦੀਆਂ ਟ੍ਰਾਂਜੈਕਸ਼ਨਸ ਬਹੁਤ ਹੁੰਦੀਆਂ ਨੇ, ਪਰਚੇਜ਼ ਦੀਆਂ ਟ੍ਰਾਂਜੈਕਸ਼ਨਸ ਬਹੁਤ ਹੁੰਦੀਆਂ ਨੇ, ਸੇਲ ਦੀਆਂ ਟ੍ਰਾਂਜੈਕਸ਼ਨਸ ਬਹੁਤ ਹੁੰਦੀਆਂ ਨੇ, ਪਰਚੇਜ਼ ਰਿਟਰਨ, ਸੇਲ ਰਿਟਰਨ, ਬਿਲਸ ਰਿਸੀਵੇਬਲ, ਬਿਲਸ ਪੇਬਲ, ਯਾਨੀ ਉਹਨਾਂ ਨੇ ਦੇਖਿਆ ਕਿ ਇਹ ਟ੍ਰਾਂਜੈਕਸ਼ਨਾਂ ਬਹੁਤ ਜ਼ਿਆਦਾ ਨੇ। ਔਰ ਆਪਾਂ ਵੀ ਦੇਖਿਆ ਪਿੱਛੇ ਜਦੋਂ ਆਪਾਂ ਜਰਨਲ ਐਂਟਰੀਆਂ ਪਾਉਂਦੇ ਸੀਗੇ ਤਾਂ ਤਕਰੀਬਨ ਆਪਾਂ ਜਿੰਨੇ ਵੀ ਖਰਚੇ ਪੇ ਕਰਦੇ ਸੀ ਕੈਸ਼ ਦੇ ਵਿੱਚ ਕਰਦੇ ਸੀ, ਯਾਨੀ ਕੈਸ਼ ਅਕਾਊਂਟ ਬਹੁਤ ਵਾਰੀ ਇਫੈਕਟ ਹੁੰਦਾ ਸੀਗਾ, ਬੈਂਕ ਅਕਾਊਂਟ ਬਹੁਤ ਵਾਰੀ ਇਫੈਕਟ ਹੋ ਰਿਹਾ ਸੀ, ਪਰਚੇਜ਼ ਬਹੁਤ ਵਾਰੀ ਹੁੰਦੀ ਹੈ, ਸੇਲ ਬਹੁਤ ਵਾਰੀ ਹੁੰਦੀ ਹੈ। ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜਰਨਲ ਐਂਟਰੀ ਨੂੰ ਖਤਮ ਕਰੋ, ਜਿਹੜੀਆਂ ਟ੍ਰਾਂਜੈਕਸ਼ਨਾਂ ਇਸ ਤਰੀਕੇ ਦੀਆਂ ਹੈ ਉਹਨਾਂ ਦੀ ਜਰਨਲ ਐਂਟਰੀ ਪਾਸ ਆਊਟ ਕਰਨ ਦੀ ਕੋਈ ਲੋੜ ਨਹੀਂ ਹੈਗੀ ਹੈ। ਉਹਨਾਂ ਨੇ ਕੀ ਕੀਤਾ, ਇਹ ਜੋ ਕੈਸ਼ ਅਤੇ ਬੈਂਕ ਹੈ ਇਹਦੇ ਵਾਸਤੇ ਇੱਕ ਸਬਸਿਡਰੀ ਬੁੱਕ ਤਿਆਰ ਕੀਤੀ ਉਹਨਾਂ ਨੇ, ਕੈਸ਼ ਬੁੱਕ, ਪਰਚੇਜ਼ ਦੇ ਵਾਸਤੇ ਪਰਚੇਜ਼ ਬੁੱਕ, ਸੇਲ ਦੇ ਵਾਸਤੇ ਸੇਲ ਬੁੱਕ, ਪਰਚੇਜ਼ ਰਿਟਰਨ ਦੇ ਵਾਸਤੇ ਪਰਚੇਜ਼ ਰਿਟਰਨ ਬੁੱਕ, ਸੇਲ ਦੇ ਵਾਸਤੇ ਸੇਲ ਰਿਟਰਨ ਬੁੱਕ, ਇਹਦੇ ਵਾਸਤੇ ਬਿੱਲ ਰਿਸੀਵੇਬਲ ਬੁੱਕ ਔਰ ਇਹਦੇ ਵਾਸਤੇ ਬਿੱਲਸ ਪੇਬਲ ਬੁੱਕ। ਠੀਕ ਹੈ, ਇਹਦਾ ਮਤਲਬ ਇਹ ਹੋਇਆ ਕਿ ਆਹ ਸਬਸਿਡਰੀ ਬੁੱਕਸ ਜੋ ਬਣਾਈਆਂ ਗਈਆਂ ਇਹ ਦੇਖਦੇ ਹੋਏ ਬਣਾਈਆਂ, ਕਿਉਂਕਿ ਮੈਕਸੀਮਮ ਨੰਬਰ ਆਫ ਟ੍ਰਾਂਜੈਕਸ਼ਨ ਕਿਹਦੀਆਂ ਹੁੰਦੀਆਂ, ਉਹਦੀ ਜਰਨਲ ਐਂਟਰੀ ਛੱਡ ਦਿਓ, ਜਰਨਲ ਐਂਟਰੀ ਪਾਉਣ ਦੀ ਲੋੜ ਨਹੀਂ, ਉਹਨਾਂ ਨੂੰ ਸਿੱਧਾ ਸਿੱਧਾ ਕਿੱਥੇ ਨੋਟ ਕਰੋ, ਸਬਸਿਡਰੀ ਬੁੱਕਸ ਦੇ ਵਿੱਚ ਨੋਟ ਕਰੋ। ਠੀਕ ਹੈ, ਜਿਹਦੇ ਵਿੱਚੋਂ ਆਪਾਂ ਫਿਲਹਾਲ ਜਿਹੜੀ ਸਬਸਿਡਰੀ ਬੁੱਕਸ ਕਰਨੀ ਹੈ ਉਹ ਕਰਨੀ ਹੈ ਕੈਸ਼ ਬੁੱਕ। ਠੀਕ, ਤਾਂ ਕੈਸ਼ ਬੁੱਕ ਜੋ ਬਣਾਈ ਜਾਂਦੀ ਹੈ ਕੈਸ਼ ਬੁੱਕ ਬਿਜ਼ਨਸ ਟੂ ਬਿਜ਼ਨਸ ਵੈਰੀ ਕਰੂਗੀ, ਡਿਪੈਂਡ ਕਰੂਗਾ ਬਿਜ਼ਨਸ ਕਿਸ ਤਰੀਕੇ ਦਾ, ਕਿਸ ਤਰੀਕੇ ਦੀ ਬਿਜ਼ਨਸ ਦੀ ਲੋੜ ਹੈਗੀ ਉਸ ਤਰੀਕੇ ਦੀ ਕੈਸ਼ ਬੁੱਕ ਬਣਾਵਾਂਗੇ। ਜਿਵੇਂ ਇੱਕ ਬਣਦੀ ਹੈ ਇਹਦੇ ਵਿੱਚ ਸਿੰਗਲ ਕੋਲਮ ਕੈਸ਼ ਬੁੱਕ, ਇੱਕ ਬਣਦੀ ਹੈ ਡਬਲ ਕੋਲਮ ਕੈਸ਼ ਬੁੱਕ,
एक बनती है ट्रिपल कॉलम कैश बुक, एक बनती है बैंक कैश बुक, एक बनती है पेटी कैश बुक। यानी कि कैश बुक जो है उसके विच आपां इस तरीके दियां पंज बुक्स ने तैयार करते हैं। अच्छा, ये नहीं है कि पंजे तैयार करनियां ने, डिपेंड करेगा बिजनेस के उत्ते। कुछ बिजनेस यह जे होंगे है जो सिर्फ कैश के विच डील करते हैं, वो कहिंदे असी चैक लैना ही नहीं है, ना असी चैक लईए ना असी चैक दईए, असी कैश ही लवेंगे कैश ही पे करेंगे। तो उस तरीके के बिजनेस की करते हैं, सिंगल कॉलम कैश बुक बना लेंगे। सिंगल कॉलम कैश बुक नूं आपां डबल कॉलम कैश बुक दे विच जदों कन्वर्ट करते हैं तो इहदे विच असीं दो चीज़ां नोट करते हैं, एक तो कैश दीआं ट्रांजैक्शनस ते एक उहदे नाल रलदे डिस्काउंट। क्योंकि जदों आपां कैश दी गल करते हैं, किसी नूं कैश दे रहे हैं, किसी नूं कैश किसी तों कैश लै रहे हैं, तो विचाले की आ डिस्काउंट आ जाता। कई बार आपां अगले तों डिस्काउंट लै लैंदे हैं या गाहां अपने कस्टमर नूं डिस्काउंट दे दिंदे हैं, तो वो डिस्काउंट का अकाउंट सानूं अलग तो ना बनाना पवे, इस करके वो डिस्काउंट के भी दो कॉलम आपां इहदे विच ऐड कर दिंदे हैं। तो कैश के नाल नाल डिस्काउंट का एक कॉलम बना लैंदे हैं जिहनूं आपां डबल कॉलम कैश बुक कह लैंदे हैं। लेकिन ज़्यादातर बिजनेस जिहड़े है वो की करते हैं, वो कैश के विच भी डील करते, वो बैंक के विच भी डील करते हैं, और ये दौरान डिस्काउंट भी अलाउ तो रिसीव करते। तो फिर उस तरीके से बिजनेस की करते हैं, ट्रिपल कॉलम कैश बुक बना लेंगे है, जिसे कैश का एक कॉलम बना लेंगे, बैंक का एक कॉलम बना लेंगे, तो डिस्काउंट का एक कॉलम बना लेंगे, यानी तीन कॉलम यूज करते हैं। फिर बैंक कैश बुक ये सिर्फ बैंक दियां ट्रांजैक्शन नोट करते हैं। कई बिजनेस यह जे होंगे है जो कहते हैं कि असी कैश के डील ही नहीं करना, असं चैक ही देवे चैक ही लवेंगे, या फिर साढ़े को जिन्नी भी पेमेंट आऊगी नाल नाल असीं बैंक जमा करा देंगे। तो फिर वो बिजनेस की करते हैं, बैंक कैश बुक ही प्रिपेयर करते हैं, ठीक। और जो पैटी कैश बुक है, पैटी कैश बुक जोड़ा है वो छोटे मोटे खर्चों के वास्ते बनाया जाता है, जो मिसलिनियस या फिर माइनर जे एक्सपेंस होंगे है उन्होंने वास्ते तैयार किया जाता है। फुटकल खर्चे छोटे मोटे खर्चों के वास्ते पैटी कैश बुक तैयार किए जाते हैं, क्लीयर। तो आप सिंगल सिंगल करके पंजे तरीके की कैश बुक जी है प्रिपेयर करनी है, जिसे भी सब तो पहला आप बनावेंगे सिंगल कॉलम कैश बुक। तो जी कैश बुक असी बनानी है, सब तो पहला तो यह ध्यान रखना कि असी बुक बना रहे हैं, असी कोई अकाउंट नहीं बना रहे। तो अकाउंट से बुक से फर्क होंगे, ठीक है। जो पिछे आप लैजर पोस्टिंग की, लैजर मीनस की सी अकाउंट, ठीक, बनेगा अकाउंट वागू ही, लेकिन असं उसको अकाउंट नहीं कहोंगे, असं कहोंगे बुक, ठीक। हूँ जो असं कैश बुक बनावेंगे, सिंगल कॉलम कैश बुक बनावेंगे, तो वह परफॉर्मेंस सेम एज इट इज उमी बनूगा जिमें आप लैजर बनाते से आपका। सब तो पहला डेट, फिर उस तो बाद पर्टिकुलर, फिर अमाउंट, फिर डेट, पर्टिकुलर ते अमाउंट है। ये भी वही, इधर डेबिट है इधर क्रेडिट है, बट असं इसमें लैजर नहीं कह रहे, बस इन्ना फर्क है। करना बाकी सब कुछ उमें ही है, बस ये है कि जो असी लैजर बनाते सी तो लैजर के करते पहले एंट्रियां पाते, फिर एंट्री पाने बाद आप करते देखते सके भाई किधर पास इफेक्ट पेगा, डेबिट से पेगा कि क्रेडिट से पेगा, वो अकॉर्डिंग आप लैजर से पोस्टिंग करते। बट इतने की है, जो आप कैश बुक बनाने हैं आ जो डेबिट साइड है यह होंगी है रिसिप्ट साइड, यानी जो भी कैश रिसीव होगा तुहानू तां तुसीं इत्थे नोट करोगे डेबिट च, और जो भी तुसीं पेमेंट करोगे तो क्रेडिट साइड से नोट करोगे, क्योंकि आ साइड जी तो पेमेंट साइड होंगी, क्लीयर है नहीं। हुण आपां जिवें पिछे क्वेश्चन किए अपने कोल स्टेटमेंटां सीगियां, उहदे विच आपां दो तरीके के क्वेश्चन होणगे तुहाडे कोल, एक तां वह बिजनेस जिहड़ा नवां शुरू होया, एक वह बिजनेस जिहड़ा पहलां तों चल रहा ऑलरेडी, ठीक है। तो हुण कुछ भी केस हो सकता है, मन लो सपोज करो कि अपना बिजनेस पहला तो ही चल रहा है,
ਜੇ ਆਪਣਾ ਬਿਜ਼ਨਸ ਪਹਿਲਾਂ ਤੋਂ ਹੀ ਚੱਲ ਰਿਹਾ ਤਾਂ ਨੈਚੁਰਲੀ ਆਪਣੇ ਕੋਲ ਕੈਸ਼ ਦਾ ਬੈਲੈਂਸ ਤਾਂ ਹੋਊਗਾ ਕੁਛ ਨਾ ਕੁਛ, ਤਾਂ ਆਪਣੇ ਕੋਲ ਜਦੋਂ ਵੀ ਉਹਨਾਂ ਨੇ ਦਿੱਤਾ ਹੋਊਗਾ ਕਿ ਕੈਸ਼ ਦਾ ਓਪਨਿੰਗ ਬੈਲੈਂਸ ਇੰਨਾ, ਤਾਂ ਜਿਹੜੀ ਪਹਿਲੀ ਡੇਟ ਹੋਊਗੀ ਮੰਥ ਦੀ ਜਿਹਦੇ ਵਿੱਚ ਆਪਾਂ ਟ੍ਰਾਂਜੈਕਸ਼ਨ ਕਰ ਰਹੇ ਹਾਂ, ਸਭ ਤੋਂ ਪਹਿਲਾਂ ਆਪਾਂ ਕੀ ਲਿਖਾਂਗੇ, ਟੂ ਬੈਲੈਂਸ ਬੀ ਡੀ, ਇਹ ਹੈਗਾ ਤੁਹਾਡਾ ਓਪਨਿੰਗ ਬੈਲੈਂਸ। ਕਿਸ ਚੀਜ਼ ਦਾ? ਕੈਸ਼ ਦਾ, ਓਪਨਿੰਗ ਬੈਲੈਂਸ ਆਫ ਕੈਸ਼। ਕਲੀਅਰ ਹੈ ਕਿ ਭਾਈ ਕੈਸ਼ ਇਨ ਹੈਂਡ ਤੁਹਾਡੇ ਕੋਲ ਕਿੰਨਾ ਸੀ? ਇਸ ਚੀਜ਼ ਨੂੰ ਅਲੱਗ ਅਲੱਗ ਤਰੀਕੇ ਨਾਲ ਲਿਖਦੇ ਆ, ਕੈਸ਼ ਇਨ ਹੈਂਡ ਤੁਹਾਡੇ ਕੋਲ ਇੰਨਾ ਹੈ ਜਾਂ ਕੈਸ਼ ਬੈਲੈਂਸ ਇੰਨਾ ਹੈ ਤੁਹਾਡੇ ਕੋਲ, ਓਪਨਿੰਗ ਬੈਲੈਂਸ ਆਫ ਕੈਸ਼ ਇੰਨਾ ਹੈਗਾ, ਇਹਦਾ ਮਤਲਬ ਮਹੀਨੇ ਦੇ ਸ਼ੁਰੂ 'ਚ ਤੁਹਾਡੇ ਕੋਲ ਇੰਨਾ ਕੈਸ਼ ਪਿਆ ਸੀ। ਠੀਕ ਹੈ, ਅੱਛਾ ਜੇ ਐ ਨਾ ਹੋਵੇ, ਤੁਹਾਡਾ ਬਿਜ਼ਨਸ ਨਵਾਂ ਨਵਾਂ ਸ਼ੁਰੂ ਹੋਇਆ, ਤਾਂ ਸਭ ਤੋਂ ਪਹਿਲਾਂ ਬਿਜ਼ਨਸ 'ਚ ਪੈਸੇ ਆਉਂਦੇ ਆ, ਕੌਣ ਦਿੰਦਾ? ਬਿਜ਼ਨਸਮੈਨ ਦਿੰਦਾ, ਅਸੀਂ ਉਸਨੂੰ ਕੈਪੀਟਲ ਕਹਿੰਦੇ ਹਾਂ, ਤਾਂ ਫਿਰ ਬੈਲੈਂਸ ਦੀ ਥਾਂ 'ਤੇ ਆਪਾਂ ਲਿਖ ਦਾਂਗੇ ਟੂ ਕੈਪੀਟਲ। ਠੀਕ ਹੈ, ਅੱਛਾ ਹੋ ਸਕਦਾ ਅੱਗੇ ਕਿਤੇ ਵਿਚਾਲੇ ਜਾ ਕੇ ਮੰਥ ਦੇ ਵਿੱਚ ਉਹ ਅਡੀਸ਼ਨਲ ਕੈਪੀਟਲ ਲੈ ਆਇਆ, ਆਪਾਂ ਦੋ ਪ੍ਰਕਾਰ ਦੀ ਕੈਪੀਟਲ ਪੜ੍ਹੀ ਸੀ, ਇਨੀਸ਼ੀਅਲ ਕੈਪੀਟਲ, ਅਡੀਸ਼ਨਲ ਕੈਪੀਟਲ। ਜੇ ਉਹ ਅਡੀਸ਼ਨਲ ਟਾਈਪ ਦੀ ਕੈਪੀਟਲ ਲੈ ਕੇ ਆ ਰਿਹਾ, ਤਾਂ ਆਪਾਂ ਉਸਨੂੰ ਕੀ ਲਿਖਾਂਗੇ ਇੱਥੇ? ਟੂ ਕੈਪੀਟਲ ਅਕਾਊਂਟ, ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਇਨੀਸ਼ੀਅਲ ਹੋਵੇ ਅਡੀਸ਼ਨਲ ਹੋਵੇ, ਅਸੀਂ ਤਾਂ ਕੈਪੀਟਲ ਅਕਾਊਂਟ ਹੀ ਲਿਖਾਂਗੇ। ਅਡੀਸ਼ਨਲ ਕੈਪੀਟਲ ਔਰ ਇਨੀਸ਼ੀਅਲ ਕੈਪੀਟਲ ਜੋ ਵੀ ਉਸਨੇ ਲਗਾਈ ਹੋਊਗੀ, ਉਹ ਵੀ ਆਪਾਂ ਡੈਬਿਟ 'ਚ ਲਿਖਣੀ ਹੋਊਗੀ। ਪੈਸੇ ਆ ਰਹੇ ਆ ਜਿੱਥੋਂ ਜਿੱਥੋਂ ਵੀ ਪੈਸਾ ਆਊਗਾ, ਅਸੀਂ ਉਸਨੂੰ ਡੈਬਿਟ 'ਚ ਨੋਟ ਕਰਦੇ ਜਾਵਾਂਗੇ ਆਪਦੇ। ਜਿਵੇਂ ਸਪੋਜ਼ ਕਰੋ ਤੁਸੀਂ ਸੇਲ ਕੀਤੀ, ਹੁਣ ਸੇਲ ਤੁਸੀਂ ਦੋ ਤਰੀਕੇ ਦੀ ਕਰ ਸਕਦੇ ਹੋ, ਕੈਸ਼ ਵੀ ਕਰ ਸਕਦੇ ਹੋ, ਕ੍ਰੈਡਿਟ ਵੀ ਕਰ ਸਕਦੇ ਹੋ, ਬਟ ਜਿਹੜੀ ਤੁਸੀਂ ਕੈਸ਼ ਸੇਲ ਕਰੋਗੇ ਸਿਰਫ ਉਹੀ ਨੋਟ ਕਰਨੀ ਹੈ ਇੱਥੇ, ਕਿਉਂਕਿ ਆਪਾਂ ਕੈਸ਼ ਬੁੱਕ ਬਣਾ ਰਹੇ ਹਾਂ, ਯਾਨੀ ਕਿੰਨਾ ਕੈਸ਼ ਆਇਆ। ਜਿਹੜਾ ਤੁਸੀਂ ਉਧਾਰ 'ਚ ਸਮਾਨ ਵੇਚਿਆ ਉਸਨੂੰ ਆਪਾਂ ਕੈਸ਼ ਬੁੱਕ 'ਚ ਰਿਕਾਰਡ ਨਹੀਂ ਕਰਨਾ। ਠੀਕ, ਤਾਂ ਇੰਨਾ ਕੈਸ਼ ਆਇਆ ਤੁਹਾਡੇ ਕੋਲ। ਉਸ ਤੋਂ ਇਲਾਵਾ ਕਈ ਵਾਰੀ ਹੁੰਦਾ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਆਪਾਂ ਉਧਾਰ ਸਮਾਨ ਵੀ ਵੇਚਦੇ ਹਾਂ, ਤਾਂ ਬਾਅਦ ਦੇ ਵਿੱਚ ਆਪਣੇ ਕਸਟਮਰ ਸਾਨੂੰ ਪੈਸੇ ਦੇ ਜਾਂਦੇ ਆ। ਜਦੋਂ ਕੋਈ ਪਰਸਨ ਸਾਨੂੰ ਪੈਸੇ ਦੇ ਕੇ ਜਾਂਦਾ ਤਾਂ ਉਹਦੇ ਵਿੱਚ ਤਾਂ ਕੈਸ਼ ਆ ਰਿਹਾ, ਬਟ ਉਦੋਂ ਆਪਾਂ ਸੇਲ ਥੋੜ੍ਹੀ ਲਿਖਾਂਗੇ, ਉਦੋਂ ਆਪਾਂ ਉਸ ਪਰਸਨ ਦਾ ਨਾਮ ਲਿਖਾਂਗੇ ਜਿਹਨੂੰ ਆਪਾਂ ਡੈਟਰ ਵੀ ਕਹਿ ਦਿੰਦੇ ਹਾਂ, ਤਾਂ ਡੈਟਰਸ ਅਕਾਊਂਟ, ਯਾਨੀ ਡੈਟਰ ਤੋਂ ਸਾਡੇ ਕੋਲ ਪੈਸੇ ਆ ਰਹੇ ਹੈ, ਕੈਸ਼ ਰਿਸੀਵ ਕੀਤਾ ਆਪਾਂ ਆਪਣੇ ਡੈਟਰ ਤੋਂ। ਉਸ ਤੋਂ ਇਲਾਵਾ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਕਿਸੇ ਪਾਸੇ ਕੋਈ ਇਨਵੈਸਟਮੈਂਟ ਕੀਤੀ ਹੋਈ ਸੀ, ਜਿਵੇਂ ਆਪਾਂ ਇਨਕਮ ਗਈ ਸੀ, ਦੋ ਤਰੀਕੇ ਦੀ ਹੁੰਦੀ ਹੈ, ਡਾਇਰੈਕਟ ਵੀ ਹੁੰਦੀ ਹੈ, ਇਨਡਾਇਰੈਕਟ ਵੀ ਹੁੰਦੀ ਹੈ, ਕਿਤੇ ਸ਼ੇਅਰਾਂ 'ਚ ਇਨਵੈਸਟ ਕੀਤਾ ਸੀ, ਕਿਤੋਂ ਰੈਂਟ ਆਉਣਾ ਸੀ, ਕੁਛ ਵੀ, ਤਾਂ ਜੇਕਰ ਤੁਹਾਡੇ ਕੋਲ ਕੋਈ ਇਨਡਾਇਰੈਕਟ ਇਨਕਮ ਆ ਰਹੀ ਹੈ, ਇਨਡਾਇਰੈਕਟ ਇਨਕਮ ਜੇਕਰ ਤੁਸੀਂ ਰਿਸੀਵ ਕੀਤੀ ਹੈ, ਕੈਸ਼ ਰਿਸੀਵ ਕੀਤਾ ਹੈ ਜੇਕਰ ਉਹਦਾ, ਉਹ ਵੀ ਆਪਾਂ ਇੱਥੇ ਲਿਖ ਦਾਂਗੇ। ਕਲੀਅਰ, ਉਸੇ ਤਰੀਕੇ ਨਾਲ ਆਪਾਂ ਕਹਿੰਦੇ ਸੀ ਬਿਜ਼ਨਸ ਦੇ ਵਿੱਚ ਤੁਸੀਂ ਦੋ ਚੀਜ਼ਾਂ ਵੇਚਦੇ ਹੋ, ਇੱਕ ਤਾਂ ਗੁੱਡਸ ਵੇਚਦੇ ਹੋ, ਦੂਸਰਾ ਤੁਸੀਂ ਕਈ ਕਈ ਵਾਰੀ ਐਸੈਟ ਵੀ ਵੇਚ ਦਿੰਦੇ ਹੋ ਆਪਦੀ, ਤਾਂ ਜਦੋਂ ਵੀ ਤੁਸੀਂ ਕੋਈ ਫਿਕਸ ਐਸੈਟ ਵੇਚੋਗੇ, ਟੂ ਫਿਕਸ ਐਸੈਟ ਅਕਾਊਂਟ, ਯਾਨੀ ਕਿ ਤੁਸੀਂ ਇਸ ਨੂੰ ਵੀ ਜੇਕਰ ਨਕਦ ਵੇਚਿਆ ਹੈ ਤਾਂ ਤੁਹਾਡੇ ਕੋਲ ਪੈਸੇ ਆ ਰਹੇ ਹੈ, ਯਾਨੀ ਇਸ ਤਰੀਕੇ ਨਾਲ ਤੁਹਾਡੇ ਕੋਲ ਪੈਸੇ ਆ ਸਕਦੇ ਆ। ਅਤੇ ਪੇਮੈਂਟਾਂ ਜਿਹੜੀਆਂ ਤੁਸੀਂ ਕੀਤੀਆਂ, ਜਿਵੇਂ ਆਪਾਂ ਕੈਪੀਟਲ ਦੀ ਗੱਲ ਕਰ ਰਹੇ ਸੀਗੇ, ਹੋ ਸਕਦਾ ਹੈ ਡਰਾਇੰਗ ਕਰ ਲਈ ਕੈਸ਼, ਤਾਂ ਆਪਾਂ ਡਰਾਇੰਗ ਅਕਾਊਂਟ ਲਿਖਾਂਗੇ ਬਾਏ ਕਰਕੇ, ਬਾਏ ਡਰਾਇੰਗ ਅਕਾਊਂਟ, ਬਟ ਕਿਹੜੀ ਡਰਾਇੰਗ? ਕੈਸ਼ ਵਾਲੀ ਡਰਾਇੰਗ ਲਿਖਣੀ ਆ ਆਪਾਂ ਇੱਥੇ। ਕਈ ਵਾਰੀ ਉਹ ਗੁੱਡਸ ਵੀ ਵਿਦਡਰਾਅ ਕਰ ਲੈਂਦਾ ਸੀ, ਕਈ ਵਾਰੀ ਐਸੈਟ ਵੀ ਵਿਦਡਰਾਅ ਕਰ ਲੈਂਦਾ ਸੀ, ਬਟ ਆਪਾਂ ਤਾਂ ਕੈਸ਼ ਬੁੱਕ ਬਣਾ ਰਹੇ ਹਾਂ ਨਾ, ਸਿਰਫ ਕੈਸ਼ ਦੀ ਟ੍ਰਾਂਜੈਕਸ਼ਨ ਨੋਟ ਕਰਨੀ ਆ ਆਪਾਂ ਇੱਥੇ, ਜੇਕਰ ਉਹ ਕੈਸ਼ ਲੈ ਕੇ ਗਿਆ ਤਾਂ। ਉਸੇ ਤਰੀਕੇ ਨਾਲ ਜਿਵੇਂ ਆਪਾਂ ਸੇਲ ਕਰਤੀ, ਉਸੇ ਤਰੀਕੇ ਨਾਲ ਹੋ ਸਕਦਾ ਆਪਾਂ ਪਰਚੇਜ਼ ਕੀਤੀ ਹੋਵੇ। ਹੁਣ ਪਰਚੇਜ਼ ਵੀ ਆ ਤਾਂ ਆਪਾਂ ਕੈਸ਼ ਕਰਦੇ ਹਾਂ ਜਾਂ ਕ੍ਰੈਡਿਟ ਕਰਦੇ ਹਾਂ, ਤਾਂ ਸਿਰਫ ਕੈਸ਼ ਵਾਲੀ ਪਰਚੇਜ਼ ਨੋਟ ਕਰਨੀ ਹੈ, ਕ੍ਰੈਡਿਟ ਵਾਲੀ ਪਰਚੇਜ਼ ਇੱਥੇ ਨੋਟ ਨਹੀਂ ਹੋਊਗੀ, ਕਿਉਂਕਿ ਉੱਥੇ ਪੈਸੇ ਜਾ ਹੀ ਨਹੀਂ ਰਹੇ ਆਪਣੇ ਕੋਲੋਂ। ਉਸੇ ਤਰੀਕੇ ਨਾਲ ਜਿਵੇਂ ਆਪਾਂ ਡੈਟਰ ਤੋਂ ਪੈਸਾ ਰਿਸੀਵ ਕਰ ਰਹੇ ਸੀ, ਆਪਾਂ ਆਪਣੇ ਕ੍ਰੈਡਿਟਰਸ ਨੂੰ ਪੇਮੈਂਟ ਕਰਾਂਗੇ, ਤਾਂ ਜਦੋਂ ਵੀ ਆਪਾਂ ਕ੍ਰੈਡਿਟਰ ਨੂੰ ਪੇਮੈਂਟ ਕਰਾਂਗੇ, ਤਾਂ ਜਿੰਨਾ ਵੀ ਆਪਾਂ ਕੈਸ਼ ਪੇ ਕੀਤਾ ਉਹਨਾਂ ਨੂੰ ਉਹ ਕ੍ਰੈਡਿਟ 'ਚ ਲਿਖ ਦਾਂਗੇ। ਜਿਵੇਂ ਆਪਣੇ ਕੋਲ ਇਨਡਾਇਰੈਕਟ ਇਨਕਮ ਆ ਰਹੀ ਸੀ, ਉਸੇ ਤਰੀਕੇ ਨਾਲ ਆਪਣੇ ਐਕਸਪੈਂਸ ਪੇ ਕਰਾਂਗੇ ਆਪਾਂ, ਭਾਵੇਂ ਡਾਇਰੈਕਟ ਨੇ ਭਾਵੇਂ ਇਨਡਾਇਰੈਕਟ ਨੇ, ਜਿਹੜੇ ਵੀ ਐਕਸਪੈਂਸ ਨੇ ਸਾਡੇ ਕੋਲ ਜਿਹੜੇ ਤੁਸੀਂ ਕੈਸ਼ ਪੇ ਕੀਤੇ ਆ, ਬਸ ਇੰਨਾ ਧਿਆਨ ਰੱਖਣਾ ਜਿਹੜੇ ਪੇ ਕੀਤੇ ਹੋਣ ਸਿਰਫ ਹੋ ਜਾਣਗੇ।
उस तरीके फिक्स एसड बेची है, जे तुसी फिक्स एसड खरीदोगे तो पैसे जाएंगे बाय फिक्सड एसड अकाउंट। जेकर तुसी कैश परचेज की है, क्लीयर है, तो इस तरीके नाल अपने को पैसे आ सकते हैं तो अपने को पैसे जा भी सकते हैं। आप सिर्फ उसनों सीधा रिकॉर्ड करना है। इतने ये है कि पिछले आप जर्नल एंट्रियां पाते फिर आप उसमें लैजर से पाते जहाँ कुछ नहीं, आप सिर्फ स्टेटमेंट पढ़ी और देखा पैसा आ रहा कि पैसा जा रहा है। जिहड़ी ट्रांजैक्शन से पैसा आ रहा उसनों डेबिट से नोट करता, जिसे जा रहा उसनों क्रेडिट से नोट करता, जिदे विच कैश की कोई ट्रांजैक्शन नहीं है जिदे विच उसनों आप छड़ दो, उसनों कुछ नहीं करना है। इतने उद्दू बाद की करना आप जिमें लैजर का बैलेंस कढ़ने वास्ते आप टोटल करते सके, तो क्योंकि देखो इतने सिर्फ कैश की आप गल करके चल रहे हैं तो हमेशा डेबिट साइड का टोटल की आएगा ज़्यादा आएगा, क्योंकि अपने को कैश ज़्यादा होगा और खर्चे हमेशा घट हो, क्योंकि आप पेमेंट किन्नी कर सकते हैं मैक्सीम जिन्हें साढ़े को है असं उद्दू बाद कर नहीं सकते। नैचुरली या तो ए साइड तो ए साइड बराबर होगी या फिर ए साइड ही ज़्यादा होगी। ठीक है, तो आप टोटल कर लेंगे और उही टोटल सेम इतने रख देंगे जिम्मे लैजर से कहें आप, फिर जिन्ना भी गैप होएगा यदा वो बैलेंसिंग फिगर बच जूगी अपनी। और इतने लास्ट डेट ऑफ द मंथ और आप लिख देंगे बाय बैलेंस सीडी, ये साड़ा क्लोजिंग बैलेंस है। यानी कैश बुक ने सानू की दसता पूरे महीने से इन्ना कैश आया इन्ना कैश गया, तो महीने के लास्ट डेट में तुहाडे कोल इन्ना कैश का बैलेंस पिया से। और जिवें आप लैजर च करते कि जेकर इस तो अगे बनावेंगे आप नैक्सट मंथ का बनावेंगे तो यह बैलेंस ओपनिंग बन के चला जाएगा अपोजिट साइड के, वो काम उही एज इट इज करना है। क्लीयर तो बेटा ये देखो जो आप सिंगल कॉलम कैश बुक की है, सिंगल कॉलम कैश बुक की एग्जाम्पल है, ये कह रहा है गिवन बिलो आर द कैश ट्रांजैक्शंस ऑफ मैसर्स हर्बल लाइफ एंड कंपनी फॉर द मंथ ऑफ जनवरी 2010। तो यह पूरा डाटा दिता हुआ है, वो जनवरी मंथ का डाटा दिता है जिद उन्हें क्या जनवरी की पहली तरीक न उसने बिजनेस नू स्टार्ट किया। तो मैं कहा दो तरीके के क्वेश्चन हो सकते हैं, ये स्टार्ट किया हुआ उसने मतलब नवा बिजनेस स्टार्ट किया है तो कैपिटल लाई है उसने, फिर उन्हें जनवरी की चार तरीक ने उसने गुड्स परचेज कितिया ने कैश। ठीक, आ सारिया ट्रांजैक्शन आप कोई एंट्री नहीं पास आउट करनी, सिर्फ ट्रांजैक्शन पढ़ के देखना कैश की डीलिंग हो रही है आ रहा कि जा रहा है, जे आ रहा या जा रहा तो आप उसको रिकॉर्ड कर देंगे कैश बुक। तो नीचे अपने को परफॉर्मा दिता हुआ कैश बुक का सिंगल कॉलम कैश बुक डेट पर्टिकुलर, ये कोई लोड नहीं बेटा वाउचर नंबर बनाओ लैजर फॉलो बनाओ ये कोई लोड नहीं है क्योंकि ब्लैंक ही छड़ने आप, डायरेक्ट अमाउंट का कॉलम बना लो, फिर डेट पर्टिकुलर अमाउंट आ डेबिट साइड हो गया क्रेडिट साइड हो गई। ठीक है, एज इट इज लैजर वांगू। तो सब तो पहला जनवरी की पहली तरीक नूं कैश आया अपने को, यानी कि बिजनेस के कोल कैश आया, बिजनेसमैन ने लाया 20,000 रुपये। तो टू कैपिटल अकाउंट जनवरी की एक तरीक, आ लिखन की लड़ नहीं है तुहानूं, नीचे नरेशन कैश इनवैसटड बाय प्रोपराइटर लिखन की लड़ नहीं है तुहानूं। ठीक, तो टू कैपिटल अकाउंट कितना 20,000 रुपये क्योंकि कैश आया सी। फिर जनवरी की चार तरीक न परचेज की है गुड्स कैश, तब कैश चला गया। जनवरी की चार तरीक न बाय परचेज अकाउंट 18,000 रुपये। पेड रेंट टू लैंडलॉर्ड, हुण आपां पिछे पढ़िया सीगा जदों आपां जनरल एंट्रियां करदे सीगे कि रेंट तां आपां लैंडलॉर्ड नूं ही पे करना है, बट आपां खाता किहदा खोलना है रेंट दा। ठीक है, तां आपां की लिखांगे बाय रेंट अकाउंट जनवरी दी 7 तरीक नूं क्योंकि पेमेंट कर रहे हैं आपां। फिर इत्थे लिखदा है परचेज कीता फर्नीचर, तां पिछे आपां अजम्पशन लिती सी कि जेकर कुछ नहीं दिता होगा तां आपां कैश ही मन के चलदे हुंदे आ। ठीक, तां इह फिक्स एसेट है साडी फर्नीचर, पर पैसे जा रहे क्योंकि परचेज कर रहे हैं। जनवरी दी 9 तरीक नूं बाय फर्नीचर अकाउंट 16,500 दी पेमेंट करते। फिर जनवरी की 10 तरीक न रिसीव्ड फ्रॉम गौरी शंकर, ये साडा कोई कस्टमर होगा जिस तो असी कैश रिसीव किया है, तो जनवरी की 10 तरीक न डेबिट दे विच टू गौरी शंकर करके 35,000 रुपये आ गए साढ़े को। जनवरी की 14 तरीक न पेड टू जावेद खान फॉर इंट्रस्ट, इंट्रस्ट की पेमेंट की आप, पेमेंट जावेद खान को की है बट है कि इंट्रस्ट, तो इंट्रस्ट का खर्चा हो गया ना साडा, तो असी जावेद खान का अकाउंट थोड़ी बनावेंगे, असी तो इंट्रस्ट का खाता खोलेंगे। तो जनवरी की 14 तरीक न बाय इंट्रस्ट, जावेद खान नहीं लिखना बाय इंट्रस्ट, इस चीज़ का ध्यान रखना है 1,500 रुपये। क्लीयर, जनवरी की 20 तरीक न गुड्स सोल्ड फॉर कैश, तो आप समान बेचा कैश, कैश आ गया अपने को, जनवरी की 20 तरीक न टू सेल अकाउंट 16,000 रुपये। पेड फॉर स्टेशनरी, स्टेशनरी के वास्ते पेमेंट की है
पेड फॉर पोस्टेज, पोस्टेज के वास्ते पेमेंट की है 21 तरीक न स्टेशनरी खरीदी है तो 23 तरीक न पोस्टेज की पेमेंट की है। तो आप 21 तरीक न 23 तरीक न बाय स्टेशनरी बाय पोस्टेज। फिर 24 तरीक न कैश विदड्रॉ कर लिया उसने परसनल यूज के वास्ते, ड्रॉइंग कर ली उसने, तो 24 तरीक न बाय ड्रॉइंग अकाउंट 2500 रुपये। फिर 25 तरीक न सोल्ड गुड्स टू शेर खान फॉर कैश, नकद बेच तो टू सेल करके, शेर खान तो नहीं लिखेंगे ना अपना, टू सेल करके 12700 रुपये। फिर रिसीव्ड फ्रॉम याकूब खान फॉर क्रैडिट सेल, आप उधार समान वेचा सी याकूब खान में और हुण असी रिसीव कर रहे हैं उस तो पेमेंट, तो इसनों सेल नहीं लिखोगे क्योंकि तुम पहला उधार समान वेचा सी उदो तुम एंट्री पा लीती होएगी, उदो तुम याकूब खान का अकाउंट बना लिता होएगा, अज तुम पैसे दे के जा रहा है तो तुम याकूब खान का अकाउंट लिखोगे ना कि सेल अकाउंट लिखोगे। ठीक, तो तुम लिखोगे टू याकूब खान 7300 रुपये। विदड्रू फ्रॉम बैंक फॉर ऑफिस यूज, बैंक के आप पैसा विदड्रॉ करके कितने लेके आए, ऑफिस के ले आए, तो ऑफिस से कैश वापस आ गया अपने को, बट कितों आया बैंक चो आया, तो अपना टू बैंक अकाउंट करके कैश अपने को 5000 होर आ गया। उस तो बाद फिर आप जो डेबिट साइड के अपने को अमाउंट आ रही ने यह सारिया टोटल कितिया, यानी पूरे महीने से जनवरी महीने से 96000 रुपये अपने को आए और आ पेमेंटा कितिया आप जनवरी मंथ के, सारिया पेमेंटा लैस करके 96000 चो आ बैलेंसिंग फिगर बचती है अपनी 49830 रुपये की। तो मंथ की लास्ट डेट ही पानी है जो बैलेंस कड़ना है, बाय बैलेंस कैरी डाउन 49830 रुपये। और जिमें मैं क्या अगले महीने जो ये बैलेंस जाएगा तो ओपोजिट साइड से जाएगा, जिमें लैजर से करते थे फरवरी की पहली तरीक में टू बैलेंस बी डी 49830। क्लीयर है।